ਮੋਗਾ ਬਾਗਾ ਪੁਰਾਣਾ ਰੋਡ ਤੇ ਬਿਜਲੀ ਘਰ ਦੇ ਨੇੜੇ ਬਾਗਾ ਪੁਰਾਣਾ ਦੇ ਓਬੀਸੀ ਬੈਂਕ ਦੇ ਗਨਮੈਨ ਨੂੰ ਗੋਲੀ ਮਾਰ ਕੇ 60 ਲੱਖ ਰੁਪਏ ਖੋ ਕੇ ਲੈ ਜਾਣ ਦੀ ਹੋਈ ਕੁਝ ਦਿਨ ਪਹਿਲਾਂ ਘਟਨਾ ਦੇ ਇਲਾਵਾ ਕਪੜਾ ਵਪਾਰੀ ਦੇ ਮੁਲਾਜ਼ਮ ਤੋਂ 1,60,000 ਰੁਪਏ ਖੋਣ ਦੀ ਘਟਨਾ ਦੀ ਅਜੇ ਪੁਲਿਸ ਜਾਂਚ ਜਾਰੀ ਹੈ। ਉਸ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ, ਜਦੋਂ ਕਿ ਪੁਲਿਸ ਉਕਤ ਲੁਟੇਰਿਆਂ ਦੀ ਸਰਗਰਮੀ ਨਾਲ ਤਲਾਸ਼ ਕਰ ਰਹੀ ਹੈ ਕਿ ਅੱਜ ਦਿਨ ਦਿਹਾੜੇ ਕਾਰ ਸਵਾਰ ਹਥਿਆਰਬੰਦ ਲੁਟੇਰਿਆਂ ਵੱਲੋਂ ਮਹਿਣਾ ਤਖਾਨਵਦ ਰੋਡ ਤੇ ਪਿਸਤੌਲ ਦੀ ਨੋਕ ਤੇ ਫਾਈਨਾਂਸ ਕੰਪਨੀ ਦੇ ਦੋ ਮੁਲਾਜ਼ਮਾਂ ਤੋਂ 4 ਲੱਖ ਰੁਪਏ ਲੁੱਟ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ। ਘਟਨਾ ਦਾ ਪਤਾ ਲੱਗਦਿਆਂ ਹੀ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਪੁਲਿਸ ਪਾਰਟੀ ਸਹਿਤ ਉੱਥੇ ਪੁੱਜੇ ਤੇ ਜਾਂਚ ਦੇ ਬਾਅਦ ਫਾਈਨਾਂਸ ਕੰਪਨੀ ਦੇ ਦੋਨਾਂ ਮੁਲਾਜ਼ਮਾਂ ਰਾਜ ਨਾਰਾਇਣ ਨਿਵਾਸੀ ਪਟਿਆਲਾ ਤੇ ਗੁਰਪਾਲ ਸਿੰਘ ਵਾਸੀ ਪਿੰਡ ਬਠਿੰਡਾ ਤੋਂ ਪੁੱਛਗਿੱਛ ਕੀਤੀ। ਸੈਟਨ ਕ੍ਰੈਡਿਟ ਕੇਅਰ ਫਾਈਨਾਂਸ ਕੰਪਨੀ ਲਿਮਟਿਡ ਦੇ ਜਿਹੜੇ ਸੀ ਕਰੀਬੇ ਦੋ ਇਹ ਇੰਪਲਾਈ ਸੀ, ਇਹਨਾਂ ਦੇ ਇੱਥੋਂ ਆ ਲੈ ਕੇ ਆ ਰਹੇ ਸੀਗੇ ਕੈਸ਼ ਪਿੰਡਾਂ 'ਚੋਂ ਇਕੱਠਾ ਕਰਕੇ ਅਤੇ ਪਿੱਛੋਂ ਇੱਕ ਸਵਿਫਟ ਕਾਰ ਇਹਨਾਂ ਦੇ ਦੱਸਣ ਮੁਤਾਬਕ ਆਈ, ਉਹ ਫੇਟ ਮਾਰ ਕੇ ਅਤੇ ਇਹਨਾਂ ਤੋਂ ਕੈਸ਼ ਖੋ ਕੇ ਲੈ ਗਈ। ਜਿਹੜਾ ਅਪਰੋਕਸੀਮੇਟਲੀ ਇਹ ਦੱਸ ਰਹੇ ਨੇ ਕੋਈ ਕਰੀਬ 5 ਲੱਖ ਦੇ ਆ ਜਿਹੜੇ, ਅਜੇ ਇਹਨਾਂ ਨੂੰ ਐਗਜੈਕਟ ਪਤਾ ਨਹੀਂ। ਸਰ ਕਿੱਧਰੋਂ ਕਿੱਧਰ ਆ ਜਾ ਰਹੇ ਸੀਗੇ ਸਰ, ਕੋਈ ਦੱਸਿਆ ਨਾ ਜੀ? ਇਹ ਤਖਾਨਵਦ ਵੱਲ ਨੂੰ ਜਾ ਰਹੇ ਸੀ ਇਹ, ਅਤੇ ਰਸਤੇ 'ਚ ਇਹਨਾਂ ਨੂੰ ਫੇਟ ਮਾਰ ਗਈ। ਸਰ ਕਿੰਨੀ ਕੁ ਰਕਮ ਹੈ ਜੀ ਟੋਟਲ? ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਨੂੰ ਵੀ ਕਨਫਰਮ ਨਹੀਂ ਹੈ, ਉਹ ਸਾਫ ਕਰਕੇ ਦੱਸਣਗੇ। ਕਾਹਦੀ ਪੇਮੈਂਟ ਇਕੱਠੀ ਕਰ ਰਹੀ ਹੈ? ਇਹ ਫਾਈਨਾਂਸ ਕੰਪਨੀ ਦੀ ਫਾਈਨਾਂਸ ਜਿਹੜੇ ਇਹ ਕ੍ਰੈਡਿਟ ਕਰਦੇ ਨੇ ਲੋਕਾਂ ਨੂੰ। ਕੀ ਕਾਰਵਾਈ ਕੀ ਅਮਲ 'ਚ ਲੈਂਦੀ ਹੈ? ਕੇਸ ਰਜਿਸਟਰ ਕਰਕੇ ਕਾਰਵਾਈ ਕਰਾਂਗੇ। ਮੋਗਾ ਤੋਂ ਆਜ਼ਾਦ ਟੀਵੀ ਨਿਊਜ਼ ਦੇ ਲਈ ਜੋਗਿੰਦਰ ਸਿੰਘ ਦੀ ਰਿਪੋਰਟ।